ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬੀਐਡ ਸੈਮ 1 ਦੀ ਡੇਟਸ਼ੀਟ ਆ ਚੁੱਕੀ ਹੈ ਇਹ ਡੇਟਸ਼ੀਟ ਦੇਖਣ ਲਈ ਤੁਸੀਂ ਵੈਬਸਾਈਟ ਤੇ ਜਾਂਦੇ ਹੋ ਤੇ ਗੁਰੂ ਨਾਨਕ ਦੇਵ ਜੀਐਨਡੀਯੂ ਬੀਐਡ ਡੇਟਸ਼ੀਟ ਫਿਲ ਕਰਨਾ ਹੈ Google ਤੇ ਤੇ ਡੇਟਸ਼ੀਟ ਜਿੱਥੇ ਆਇਆ ਹੈ ਇੱਥੇ ਕਲਿੱਕ ਕਰਦੇ ਹੋ ਤਾਂ ਆਪਸ਼ਨ ਆ ਜਾਂਦੀ ਹੈ ਈਅਰ ਮੰਥ ਐਂਡ ਗਰੁੱਪ ਈਅਰ ਈਜ਼ੀ ਹੈ 2023 ਦਾ ਤੁਸੀਂ ਕਲਿੱਕ ਕਰ ਦੇਣਾ ਹੈ ਮੰਥ ਦਸੰਬਰ ਹੀ ਹੈ 아 ਜਿਹੜਾ ਗਰੁੱਪ ਤੁਸੀਂ ਸਿਲੈਕਟ ਕਰਨਾ ਹੈ ਇਹ ਪ੍ਰੋਬਲਮ ਵਾਲਾ ਹੋ ਸਕਦਾ ਹੈ ਕਿਉਂਕਿ ਇਹ ਪੋਸਟ ਗ੍ਰੈਜੂਏਟ ਸਬਜੈਕਟ ਨਹੀਂ ਹੈ ਅੰਡਰ ਗ੍ਰੈਜੂਏਟ ਸਬਜੈਕਟ ਹੋਰ ਸੈਮਿਸਟਰ ਦਾ ਹੈ ਇਸ ਨੂੰ ਕਲਿੱਕ ਕਰਾਂਗੇ ਇੱਥੇ ਜਿਹੜੀਆਂ ਆਪਸ਼ਨ ਆ ਜਾਂਦੀਆਂ ਹਨ ਆਪਸ਼ਨ ਦੇ ਵਿੱਚੋਂ ਲਾਸਟ ਤੇ ਜਾਵਾਂਗੇ ਸੈਕੰਡ ਲਾਸਟ ਹੋਏਗਾ ਬੀਐਡ 2 ਇਅਰ ਕੋਰਸ ਸੈਮ 1 ਡੇਟ ਸ਼ੀਟ ਵਿੱਚ ਸ਼ੁਰੂ ਵਿੱਚ ਨੋਟ ਹੈ ਕਿ ਕੇਵਲ ਜਿਹੜੇ ਪ੍ਰੈਜ਼ੈਂਟ ਸਿਲੇਬਸ ਹੈ ਉਸ ਲਈ ਇਹ ਡੇਟ ਸ਼ੀਟ ਹੈ ਜੇਕਰ ਕਿਸੇ ਪੁਰਾਣੇ ਸਿਲੇਬਸ 2017 18 19 20 21 22 ਦੇ ਰੀਅਪੀਅਰ ਦੇ ਪ੍ਰੀਖਿਆਰਥੀਆਂ ਦਾ ਪੇਪਰ ਵਿਸ਼ੇ ਉਸ ਦੇ ਪੁਰਾਣੇ ਸਿਲੇਬਸ ਅਨੁਸਾਰ ਡੇਟਸ਼ੀਟ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਉਸ ਪੇਪਰ ਵਿਸ਼ੇ ਡੇਟਸ਼ੀਟ ਨੂੰ ਸ਼ਾਮਲ ਕਰਵਾਉਣ ਲਈ ਤੁਰੰਤ ਪ੍ਰੀਖਿਆਵਾਂ ਆਰੰਭ ਹੋਣ ਤੋਂ ਪਹਿਲਾਂ ਪਹਿਲਾਂ ਕੰਡਕਟ ਸ਼ਾਖਾ ਨਾਲ ਤਾਲਮਿਲ ਕਰੇ ਇਸ ਲਈ ਮੰਤਰੀ ਮੋਬਾਈਲ ਦਿੱਤੇ ਗਏ ਹਨ 8146629246 ਸੋ ਇਹ ਨੰਬਰ ਨੇ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਸੋ ਅੱਗੇ ਡੇਟ ਸ਼ੀਟ ਸ਼ੁਰੂ ਹੋ ਜਾਂਦੀ ਹੈ ਲਿਖਿਆ ਹੈ ਬੈਚਲਰ ਆਫ এডਿਕੇਸ਼ਨ ਮਿਸਟਰ 1 ਹੈ ਐਗਜ਼ਾਮੀਨੇਸ਼ਨ ਹੈ ਥਿਉਰੀ ਹੈ ਜਨਵਰੀ ਤੇ ਫਰਵਰੀ ਵਿੱਚ ਇਹ ਡੇਟ ਸ਼ੀਟ ਜਿਹੜੀ ਹੋ ਰਹੀ ਹੈ ਲੇਟ ਹੋਣ ਦੇ ਕਾਰਨ ਹੈ ਕਿ ਵਰਕਿੰਗ ਡੇ ਪੂਰੇ ਨਹੀਂ ਸੀ ਹੁੰਦੇ ਇਸ ਲਈ ਵਰਕਿੰਗ ਡੇ ਪੂਰੇ ਕਰਨ ਲਈ ਇਹ ਲੇਟ ਸ਼ੁਰੂ ਹੋ ਰਹੀ ਹੈ ਫਾਰ 올 ਐਡਮਿਟਡ ਕੈਂਡੀਡੇਟ ਰੈਗੂਲਰ ਸਟੂਡੈਂਟਸ ਲਈ ਨੋਟ ਕੈਂਡੀਡੇਟ ਮਸਟ ਦੇਖੋ 8:45 ਮਿੰਟ ਤੱਕ ਤੁਸੀਂ ਆਪਣੇ ਸੈਂਟਰ ਵਿੱਚ ਸੀਟ ਤੇ ਬੈਠੇ ਹੋਣੇ ਚਾਹੀਦੇ ਹਨ ਕਾਰਨ ਇਹ ਹੈ ਕਿ ਇਹ ਯੂਨੀਵਰਸਿਟੀ ਵਿੱਚ ਆਪਟੀਕਲ ਮਾਰਕ ਰੀਡਰ OMR ਸ਼ੀਟ ਤੁਹਾਨੂੰ ਫਿਲ ਕਰਨੀ ਪੈਂਦੀ ਹੈ ਜੋ ਤੁਸੀਂ ਨੇਚਰਲੀ ਕੰਪੀਟੀਟਿਵ ਇਗਜ਼ਾਮ ਵਿੱਚ ਵੀ ਭਰਦੇ ਹੋ ਲਗਭਗ ਉਸ ਲਈ 15 ਮਿੰਟ ਦਿੱਤੇ ਗਏ ਨੇ ਜੇ ਤੁਸੀਂ 9:00 ਵਜੇ ਪਹੁੰਚਦੇ ਹੋ ਤੇ 15 ਮਿੰਟ ਤੁਹਾਡੇ ਵਿੱਚ ਕੰਜ਼ਿਊਮ ਹੋਣਗੇ ਬਾਅਦ ਵਿੱਚ ਕੋਈ ਦਾਵਾ ਨਹੀਂ ਕਰ ਸਕਦੇ ਸੋ OMR ਸ਼ੀਟ ਤੁਸੀਂ ਅੰਡਰ इंस्ट्रक्शन ਤੇ ਸੁਪਰਵਾਈਜ਼ਨ ਆਫ ਅ ਇਨਵਿਜੀਲੇਟਰ ਜੋ ਉਥੇ ਟੀਚਰ ਹੋਏਗਾ ਹਾਜ਼ਰ ਹੋਏਗਾ ਉਸ ਤੋਂ ਪੁੱਛਗਿੱਛ ਕਰਕੇ ਕੇਅਰਫੁਲੀ ਸਾਫ ਸਾਫ ਫਿਲ ਕਰਨਾ ਹੈ 9 ਵਜੇ ਤੁਹਾਨੂੰ ਕੋ ਕੁਐਸਚਨ ਪੇਪਰ ਜਿਹੜੇ ਹੈ ਡਿਸਟ੍ਰਿਬਿਊਟ ਹੋ ਜਾਣਗੇ 12 ਵਜੇ ਤੱਕ ਪੇਪਰ ਚੱਲੇਗਾ ਲੇਕਿਨ ਸਾਰੇ ਪੇਪਰ 12 ਵਜੇ ਦੇ ਨਹੀਂ ਪੈਡਾਗੋਜੀ ਦੇ ਪੇਪਰ ਜਿਹੜੇ ਨੇ ਉਹ ਡੇਢ ਘੰਟੇ ਦਾ ਹੋਏਗਾ ਉੱਥੇ ਨਾਲ-ਨਾਲ ਸਮਾਂ ਦਿੱਤਾ ਗਿਆ ਹੋਏਗਾ ਸੋ uh, so 9 ਤੋਂ 12 ਬਾਕੀ ਲੇਕਿਨ ਜਿਹੜੇ ਪੇਪਰ ਨੇ ਉਹ ਡੇਢ ਘੰਟੇ ਦੇ ਹੋਣਗੇ 22 1 2024 ਨੂੰ ਮੰਡੇ ਨੂੰ ਪੇਪਰ 1 ਹੈ ਅੰਡਰਸਟੈਂਡਿੰਗ ਦਾ ਲਰਨਰ ਐਂਡ ਲਰਨਿੰਗ এনवायरमेंट 23 1 2024 ਨੂੰ ਪੇਪਰ ਤੀਜਾ ਹੈ ਟਿਊਜ਼ਡੇ ਐਜੂਕੇਸ਼ਨ ਐਂਡ ਡਿਵੈਲਪਮੈਂਟ 9 ਤੋਂ 10:30 ਵਜੇ ਨਾਲ ਮੈਂਸ਼ਨ ਕੀਤਾ ਗਿਆ ਹੈ ਦੇਖ ਲੈਣਾ ਜ਼ਿਆਦਾ ਜ਼ਰੂਰੀ ਹੈ 24 1 2024 ਨੂੰ ਪੇਪਰ 4 ਐਂਡ 5 ਹੈ ਨਾ ਸੀਪੀ 1ਏ ਐਂਡ ਸੀਪੀ 2ਏ ਪੈਡਾਗੋਜੀ ਆਫ ਸਕੂਲ ਸਬਜੈਕਟ ਇਹਦੇ ਵਿੱਚ ਜਿਹੜੇ ਉਸ ਦਿਨ ਪੇਪਰ ਹੋਣੇ ਨੇ 24 1 2024 ਨੂੰ ਮੈਥਮੈਟਿਕਸ ਪੈਡਾਗੋਜੀ ਆਫ ਮੈਥਮੈਟਿਕ ਮੈਥ ਪੈਡਾਗੋਜੀ ਆਫ ਲਾਈਫ ਸਾਇੰਸ ਪੈਡਾਗੋਜੀ ਆਫ 뮤직 9 ਤੋਂ 9:30 ਵਜੇ 1.5 ਘੰਟੇ ਦਾ ਪੇਪਰ ਹੋਏਗਾ 25 1 2024 ਨੂੰ ਹੈ ਅ ਤਸਡੇ ਨੂੰ ਆਪਸ਼ਨਲ ਪੇਪਰ ਹਨ ਪੈਡਾਗੋਜੀ ਦੇ ਸਕੂਲ ਸਬਜੈਕਟ ਦੇ ਪੈਡਾਗੋਜੀ ਆਫ ਸਾਇੰਸ ਸੋਸ਼ਲ ਸਾਇੰਸ ਪੈਡਾਗੋਜੀ ਆਫ ਸਾਇੰਸ ਐਂਡ ਸੋਸ਼ਲ ਸਾਇੰਸ ਐਂਡ ਫਾਈਨ ਆਰਟਸ ਨੋ ਤੋ 10:30 ਵਜੇ ਤੱਕ 27 1 2024 ਨੂੰ ਸੈਟਰਡੇ ਨੂੰ ਸੈਕੰਡ ਪੇਪਰ ਹੈ ਕੰਟੈਂਪੋਰੀ ਇੰਡੀਅਨ ਐਜੂਕੇਸ਼ਨ ਇਹ ਪੇਪਰ 3 ਘੰਟੇ ਦਾ ਹੀ ਹੋਏਗਾ 29 1 2024 ਨੂੰ ਮੰਡੇ ਨੂੰ ਪੇਪਰ 4 ਐਂਡ 5th ਦੇ ਪੈਡਾਗੋਜੀ ਦੇ ਸਬਜੈਕਟ ਹਨ ਇਹ 29 1 2024 ਨੂੰ ਹੈ ਪੈਡਾਗੋਜੀ ਆਫ ਪੰਜਾਬੀ ਪੈਡਾਗੋਜੀ ਆਫ ਹਿੰਦੀ ਪੈਡਾਗੋਜੀ ਆਫ ਇੰਗਲਿਸ਼ 9 ਤੋਂ 9:30 ਵਜੇ ਤੱਕ ਪੇਪਰ ਹੋਏਗਾ 30 ਤਰੀਕ ਟਿਊਜ਼ਡੇ ਪੇਪਰ ਫਿਰ ਪੈਡਾਗੋਜੀ ਦੇ ਸਬਜੈਕਟ ਹਨ ਇਸ ਤਰ੍ਹਾਂ ਅਰੇਂਜ ਕੀਤੇ ਗਏ ਹਨ ਕਿ ਤੁਹਾਨੂੰ ਛੁੱਟੀਆਂ ਹੋ ਸਕਣ ਤੇਿਆਰੀ ਕਰ ਸਕੋ ਪੈਡਾਗੋਜੀ ਆਫ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਐਂਡ ਇਕਨੋਮਿਕਸ 31 1 2024 ਨੂੰ ਹੈ ਪੈਡਾਗੋਜੀ ਦੇ ਕੰਪਿਊਟਰ ਪੈਡਾਗੋਜੀ ਆਫ ਕੰਪਿਊਟਰ ਸਾਇੰਸ ਪੈਡਾਗੋਜੀ ਆਫ ਹੋਮ ਸਾਇੰਸ 1.5 ਘੰਟੇ ਦਾ ਪੇਪਰ ਹੈ 9 ਤੋਂ 10:30 ਵਜੇ ਅ 1 2 2024 ਨੂੰ ਹੈ ਪੈਡਾਗੋਜੀ ਆਫ ਕਮਰਸ ਪੈਡਾਗੋਜੀ ਆਫ ਫਿਜ਼ੀਕਲ ਸਾਇੰਸ ਪੈਡਾਗੋਜੀ ਆਫ ਫਿਜ਼ੀਕਲ ਐਜੂਕੇਸ਼ਨ 9 ਤੋਂ 10:30 ਵਜੇ ਤੱਕ ਪੇਪਰ ਹੈ 2 2 2024 ਨੂੰ ਵਰਲਡ ਵੈਟਲੈਂਡ ਡੇ ਨੂੰ ਹੈ ਫ੍ਰਾਈਡੇ ਨੂੰ ਪੇਪਰ ਲੈਂਗੁਏਜ ਅਕ੍ਰੋਸ ਦਾ ਕਰਿਕੂਲਮਸ 8:00 ਘੰਟੇ ਦਾ ਪੇਪਰ ਹੈ 9 ਤੋਂ 10:30 ਵਜੇ ਤੱਕ ਨੋਟ ਇਹ ਹੈ ਕਿ ਕੁਝ ਪ੍ਰਬੰਧਕੀ ਕਾਰਨ ਕਰਕੇ ਡੇਟ ਸ਼ੀਟ ਵਿੱਚ ਤਬਦੀਲੀ ਆ ਸਕਦੀ ਹੈ ਸੋ ਸਮੇਂ-ਸਮੇਂ ਸਰ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਚੈੱਕ ਕਰ ਲੈਣੀ ਚਾਹੀਦੀ ਹੈ ਪੇਪਰ ਆਫਲਾਈਨ ਮੋਡ ਵਿੱਚ ਹੀ ਹੋਏਗਾ ਆਨਲਾਈਨ ਮੋਡ ਵਿੱਚ ਨਹੀਂ ਹੋਏਗਾ ਇਥੋਂ ਤੱਕ ਹੀ ਜਾਣਕਾਰੀ ਸੀ ਕੋਈ ਕੁਐਸਚਨ ਹੋਵੇ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ